ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਸਟੇਸ਼ਨ ਤੇ ਮੈਂ ਜੱਸੀ ਬੜੈਚ ਅੱਜ ਸਾਡੇ ਨਾਲ ਬਹੁਤ ਹੀ ਘੈਂਟ ਅਦਾਕਾਰ ਜਿਨ੍ਹਾਂ ਦੀ ਆਵਾਜ਼ ਬਾ ਕਮਾਲ ਆ ਅਦਾਕਾਰੀ ਬਾ ਕਮਾਲ ਆ ਬਾਈ ਬੱਬਲ ਰਾਜ ਜੀ ਬਾਈ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਬਾਈ ਨਾ ਤੁਸੀਂ ਬੜੇ ਲੋਕ ਕਨਫਿਊਜ਼ ਕੀਤੇ ਆ ਹਨਾ ਕਿਉਂਕਿ ਕੀ ਬਨੂ ਪੁਨੀਆ ਦਾ ਕਾਫੀ ਲੰਮੇ ਟਾਈਮ ਤੋਂ ਅਨਾਉਂਸਮੈਂਟ ਵੀ ਹੋ ਗਈ ਸੀ ਕਿ ਦੈਨ ਅ ਟ੍ਰੇਲਰ ਵੀ ਰਿਲੀਜ਼ ਹੋਣ ਵਾਲਾ ਹੈਗਾ ਕੀ ਬਨੂ ਪੁਨੀਆ ਦਾ ਦੇਖੋ ਪੂਨੀਆ ਦਾ ਕੀ ਬਣੂਗਾ ਇਹ ਤਾਂ ਹੁਣ ਦਰਸ਼ਕ ਦੱਸਣ ਕਿ ਸਾਡੇ ਵੱਲੋਂ ਤਾਂ ਅਸੀਂ ਜਿਹੜੀ ਕੋਸ਼ਿਸ਼ ਸੀਗੀ ਸਾਡੀ ਟੀਮ ਨੇ ਬਹੁਤ ਮਿਹਨਤ ਨਾਲ ਚੀਜ਼ ਹੈ ਜਿਹੜੀ ਬਣਾਈ ਆ ਤੇ ਮੈਨੂੰ ਲੱਗਦਾ ਜਦੋਂ ਤੱਕ ਤੁਸੀਂ ਇਹ ਸਾਡੀ ਇੰਟਰਵਿਊ ਸੁਣ ਰਹੇ ਹੋਵੋਗੇ ਤਾਂ ਟ੍ਰੇਲਰ ਆ ਚੁੱਕਿਆ ਹੋਊਗਾ ਜੇ ਤੁਸੀਂ ਹਲੇ ਤੱਕ ਨਹੀਂ ਦੇਖਿਆ ਤਾਂ ਜ਼ਰੂਰ ਦੇਖਿਓ ਕੀ ਬਣੂ ਪੂਨੀਆ ਦਾ ਟ੍ਰੇਲਰ ਸੋ ਜਿਹੜਾ ਇੱਕ ਸਭ ਤੋਂ ਜ਼ਿਆਦਾ ਕਾਮਨ ਸਾਡੇ ਲਈ ਕੁਐਸਚਨ ਉਹ ਇਹ ਹੁੰਦਾ ਕਿ ਕੀ ਬਣੂ ਦੁਨੀਆ ਦਾ ਤਾਂ ਬਹੁਤ ਵਾਰੀ ਸੁਣਿਆ ਕਿ ਕਿ ਕੀ ਬਣੂ ਪੂਨੀਆ ਦਾ ਕਿਉਂ ਹੈ ਹਨਾ ਸੋ ਪੂਨੀਆ ਜਿਹੜਾ ਤੁਹਾਨੂੰ ਪਤਾ ਗੋ ਤਾਂ ਆਪਣੇ ਪੰਜਾਬ ਦੇ ਵਿੱਚ ਹਨਾ ਸਰਨੇਮ ਬਹੁਤ ਸਾਰੇ ਲੋਕਾਂ ਦਾ ਸੋ ਜ ਦਾ بیٹے ਦਾ ਰਾਜਵੀਰ ਪੁਨੀਆ ਦਾ ਮੈਂ ਕਿਰਦਾਰ ਹੈ ਜਿਹੜਾ ਨਵਾਇਆ ਸੋ ਇੱਕ ਪਿਓ ਪੁੱਤ ਦੀ ਜਿਹੜੀ ਕਿਮਿਸਟਰੀ ਹੈ ਜਿਹੜੀ ਮਤਲਬ ਇੱਕ ਆਪਾਂ ਦੇ ਸਿੱਧੇ ਸ਼ਬਦਾਂ ਨੇ ਪੰਜਾਬੀ ਚ ਕਹੀ ਵੀ ਇੱਕ ਦੂਜੇ ਨਾਲ ਜਿਹੜੀ ਗੁੱਤੇ ਖਾਣ ਕਰਦੇ ਆ ਉਹ ਉਹ ਤੁਹਾਨੂੰ ਖੁੱਲਕੇ ਦੇ ਵਿੱਚ ਦੇਖਣ ਨੂੰ ਮਿਲੂਗੀ ਹਨਾ ਤਾਂ ਜਿਹੜਾ ਸਮੀਪ ਕੰਗ ਭਾਜੀ ਦਾ ਜਿਹੜਾ ਇੱਕ ਸਟਾਈਲ ਆਊਟ ਐਂਡ ਆਊਟ ਕਮੇਡੀ ਬਣਾਉਣ ਦਾ ਹਨਾ ਤੇ ਟਿਪੀਕਲ ਉਹਦਾ ਦੀ ਹੈਗੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਹੱਸਦੇ ਹੱਸਦੇ ਕਹਾਣੀਆਂ ਜਿਹੜੀ ਉਹ ਕਹੀ ਗਈ ਹੈ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਬਹੁਤ ਪਸੰਦ ਆਊਗੀ ਬਿਲਕੁਲ ਜਿੱਦਾਂ ਵੀਰੇ ਫਰਾਂ ਦੱਸਿਆ ਨਾ ਕਿ ਪੁਨੀਆ ਕਈਆਂ ਨੇ ਨਾਮ ਸੁਣ ਕੇ ਇਦਾਂ ਸੀ ਵੀ ਸ਼ਾਇਦ ਕਿਸੇ ਕੁੜੀ ਦੀ ਕਹਾਣੀ ਹੋਊਗੀ ਨਾ ਕੀ ਬਣੂ ਪੁਨੀਆ ਵੀਰੇ ਫਰਾਂ ਦਾ ਕਰੈਕਟਰ ਹੈਗਾ ਇੱਕ ਸਰਨੇਮਾ ਪੁਨੀਆ ਸੋ ਭੱਲਾ ਸਾਹਿਬ ਕਿੰਨੇ ਕਿੰਨਾ ਕਿ ਝਟਕਿਆ ਕਿਉਂਕਿ ਉਹ ਹਰ ਫਿਲਮ ਦਾ ਆਪਣੇ ਬੇਟਾ ਨੂੰ ਬਹੁਤ ਝਟਕਦੇ ਹੁੰਦੇ ਆ ਤੁਹਾਨੂੰ ਕਿੰਨੇ ਗਡਾਂਟ ਪਈ ਉਹਨਾਂ ਨੇ ਮੇਰੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਿਵੇਂ ਬਾਕੀ ਸਾਰੀਆਂ ਫਿਲਮਾਂ 'ਚ ਉਹ ਆਪਣੇ ਮੁੰਡੇ ਨੂੰ ਫੋਲ ਝਟਕਦੇ ਆ ਤੁਹਾਨੂੰ ਟ੍ਰੇਲਰ 'ਚ ਵੀ ਦੇਖਣ ਨੂੰ ਮਿਲੇਗਾ ਕਿ ਉਹ ਪੂਰਾ ਮਤਲਬ ਝੜ ਕੇ ਆ ਮੁੰਡੇ ਤੇ ਆਪਣੇ ਤੇ ਪਰ ਉਹ ਵੀ ਮਤਲਬ ਰਾਜਵੀਰ ਦਾ ਜਿਹੜਾ ਮੈਂ ਕਰੈਕਟਰ ਕੀਤਾ ਉਹ ਵੀ ਬਹੁਤ ਕਸੂਤਾ ਉਹ ਵੀ ਅੱਗੇ ਤੋਂ ਅੱਗੇ ਆਪਣੇ ਮਾਮਾ ਜੀ ਨਾਲ ਸੁਮੀਪਾ ਜੀ ਨੇ ਜਿਹੜਾ ਕਰੈਕਟਰ ਕੀਤਾ ਹਨਾ ਉਹਨਾਂ ਨਾਲ ਰਲ ਕੇ ਬਹੁਤ ਬੇਬਕੂਫ ਬਣਾਉਦੇ ਬਾਪੂ ਨੂੰ ਅੱਛਾ ਜਦੋਂ ਤੁਸੀਂ ਪੰਪਲਾ ਸਾਹਿਬ ਨਾਲ ਦੋ ਦੋ ਫਿਲਮਾਂ ਕੀਤੀਆਂ ਨੇ ਉਹ ਮਾਈਪੀਓਜੀ ਕੀਤੀ ਸੀਗੀ ਇੱਕ ਇੱਕ ਮਿਸਟਰੀ ਮਿਸ 420 ਕੀਤੀ ਸੀਗੀ ਸੋ ਹੁਣ ਦਾ ਉਤੇ ਉਹਨਾਂ ਕਿੰਨਾ ਕ ਫਰਕ ਲੱਗਿਆ ਹਨਾ ਨੇ ਦੇਖੋ ਮੈਂ ਪਹਿਲਾਂ ਵੀ ਕਹਿ ਕੇ ਹਟਾਂਗੇ ਜਿਹੜੇ ਵੱਡੇ ਆਰਟਿਸਟ ਸਿਆ ਜਿਹੜੇ ਵੱਡੀਆਂ ਸ਼ਕਤੀ ਤਾਂ ਹੁੰਦੀਆਂ ਉਹ ਬੜਾ ਨਿੱਗਾ ਸੁਭਾਅ ਉਹਨਾਂ ਦਾ ਹੈਗਾ ਹਨਾ ਤਾਂ ਕਦੇ ਵੀ ਜਦੋਂ ਪਹਿਲੇ ਦਿਨ ਤੋਂ ਜਦੋਂ ਮਿਸਟਰ ਮਿਸੇ 420 ਮੇਰੀ ਪਹਿਲੀ ਫਿਲਮ ਸੀਗੀ ਹਨਾ ਪਹਿਲਾ ਸੀਨ ਉਹਨਾਂ ਦੇ ਨਾਲ ਸੀਗਾ ਤਾਂ ਕਦੇ ਵੀ ਉਹਨਾਂ ਨੇ ਮਤਲਬ ਅਨਕੰਫਰਟੇਬਲ ਨਹੀਂ ਫੀਲ ਹੋਣ ਦਿੱਤਾ ਹੈਗਾ ਬਹੁਤ ਸਹਿਜ ਤੇ ਤੁਹਾਨੂੰ ਕੈਮਰਾ ਆਨ ਹੋਣ ਤੋਂ ਪਹਿਲਾਂ ਹੀ ਬਹੁਤ ਰਿਲੈਕਸ ਕਰ ਦਿੰਦੇ ਕਿ ਪਤਾ ਉਹਨਾਂ ਨੂੰ ਕਿ ਨਵੇਂ ਜਵਾਕਾਂ ਨਰਵਸ ਨਾ ਹੋਣ ਹਨਾ ਉਹ ਸੇਮ ਉਹਨਾਂ ਦਾ ਜਿਹੜਾ ਸੁਭਾਅ ਹੈਗਾ ਹੱਲੇ ਤੱਕ ਬਿਲਕੁਲ ਚੇਂਜ ਨਹੀਂ ਹੋਇਆ ਹੈਗਾ ਤੇ ਇਹ ਵੀ ਅਸੀਂ ਬਹੁਤ ਹਾਸੇ ਖੇਡਦੇ ਨੇ ਬੜੀ ਸਹਜਤਾ ਦੇ ਨਾਲ ਤੇ ਉੱਪਰ ਸੁਮੀਪਾ ਜੀ ਨੇ ਚਿਲਡ ਆਊਟ ਡਾਇਰੈਕਟਰ ਹੈਗੇ ਜੀ ਉਹਨਾਂ ਨੇ ਮਤਲਬ ਬਹੁਤ ਈਜ਼ੀ ਗੋਇੰਗ ਹੋ ਕੇ ਬੜਾ ਉਹੀ ਕਿ ਹਾਸੇ ਖੇਡਦੇ ਸੀ ਬਣਾਈਆ ਤੇ ਸਾਨੂੰ ਉਮੀਦ ਹੈ ਕਿ ਲੋਕੀ ਵੀ ਦੇਖ ਕੇ ਉਹ ਜਿਹੜਾ ਮਜ਼ਾ ਅਸੀਂ ਸ਼ੂਟ ਕਰਨਦੇ ਹੋਏ ਲਿਆ ਕਿ ਉਹ ਉਹਨਾਂ ਨੂੰ ਉੱਚ ਦੇਖਣ ਨੂੰ ਵੀ ਮਿਲੂਗਾ ਜਿੱਦਾਂ ਵੀ ਗੱਲ ਕਰੀ ਜిల్లా ਸੰਗਰੂਰ ਦੀ ਹੈ ਨਾ ਬੜਾ ਟੋਡਾ ਕੈਰੈਕਟਰ ਖਤਰਨਾਕ ਜਿਹਾ ਕੈਰੈਕਟਰ ਹੈਗਾ ਹੈ ਨਾ ਵੈਬ ਸੀਰੀਜ਼ ਉਹ ਵੀ ਇੰਦਨ ਇਹ ਵੀ ਇੱਕ ਵੈਬ ਸੀਰੀਜ਼ ਲੈ ਕੇ ਔਰ ਜਲਗ ਹੋ ਵੀ ਨਹੀਂ ਯਾਰ ਵੀ ਵੈਬ ਸੀਰੀਜ਼ ਨਹੀਂ ਕਰਨੀ ਤੁਹਾਨੂੰ ਤੁਹਾਨੂੰ ਕੋਈ ਫਰਕ ਤਾਂ ਨਹੀਂ ਲੱਗਦਾ ਉਹ ਮਾਜੀ ਨਹੀਂ ਜੀ ਦੇਖੋ ਸੁਮੇਪਾ ਜੀ ਨੇ ਹੁਣੇ ਥੋੜੀ ਦੇਰ ਪਹਿਲਾਂ ਇਸ ਗੱਲ ਦਾ ਆਨਸਰ ਕੀਤਾ ਸੀਗਾ ਕਿ ਕੰਮ ਤਾਂ ਦੇਖੋ ਕੰਮ ਹੈ ਨਾ ਜਿਹੜੀ ਆਡੀਅנס ਘਰੋਂ اٹਕੇ تھی theater ਦੇ ਵਿੱਚ ਜਾ ਕੇ ਫਿਲਮ ਦੇਖਦੀ ਆ ਉਹੀ ਆਡੀਅנס ਘਰ ਦੇ ਵਿੱਚ ਹੁਣ TV ਤੇ ਜਾਂ ਫੋਨ ਸਕਰੀਨ ਤੇ ਲੈਪਟਾਪ ਦੇ ਉੱਪਰ ਵੈਬ ਸੀਰੀਜ਼ਾਂ ਵੀ ਦੇਖ ਰਹੀ ਆ ਨਾ ਕਿਉਂਕਿ ਖਾਸ ਕਰਕੇ ਕੋਵਿਡ ਦੇ ਟਾਈਮ ਨੇ ਜਿਹੜਾ 2 ਸਾਲ ਜਿਵੇਂ ਲੋਕਾਂ ਨੂੰ ਜ਼ਿਆਦਾ ਘਰੇ ਬੰਨ ਕੇ ਰੱਖਿਆ ਤਾਂ ਹੁਣ ਇੱਕ ਹੈਕਚੁਅਲ ਵੀ ਹੋ ਗਿਆ ਜਿਹੜਾ ਕੰਟੈਂਟ ਨੂੰ ਫੋਨ ਸਕਰੀਨ ਤੇ ਜਾਂ TV ਦੀ ਸਕਰੀਨ ਤੇ ਦੇਖਣ ਉੱਪਰ ਸੋ ਜਿਵੇਂ ਲੋਕਾਂ ਨੂੰ ਹਲੇ ਥੋੜਾ ਥੋੜਾ ਡਰ ਲੱਗ ਰਿਹਾ ਅਜੇ ਵੀ ਮੈਨੂੰ ਲੱਗਦਾ ਕਿ theater 'ਚ ਲੋਕੀ ਖੁੱਲ ਕੇ ਜਾਣ ਨਹੀਂ ਲੱਗੇ ਹਾਲਾਂਕਿ ਸਾਰਾ ਕੁਝ ਨਾਰਮਲ ਹੋ ਰਿਹਾ ਜੋ ਕਿ ਵਧੀਆ ਗੱਲ ਆ ਤਾਂ ਜੇ ਉਹ ਨਹੀਂ ਤੁਹਾਡੇ ਤੱਕ ਰੀਚ ਆਊਟ ਕਰ ਰਹੀ ਆ ਆਡੀਅנס ਹਨਾ ਤਾਂ ਤੁਸੀਂ ਵਧੀਆ ਜਿੱਥੇ ਉਹ ਦੇਖ ਰਿਹਾ ਉੱਥੇ ਪਹੁੰਚੋ ਤਾਂ ਮੈਨੂੰ ਲੱਗਦਾ ਉਸ ਹਿਸਾਬ ਨਾਲ ਬਹੁਤ ਵਧੀਆ ਕਦਮ ਹੈ ਜੀ ਇਹ ਨਾਲੇ ਹੁਣ ਅੱਗੇ-ਅੱਗੇ ਫਿਊਚਰ ਆ ਜਿਹੜਾ ਡਿਜੀਟਲ ਹੀ ਆ ਜੀ ਬਿਲਕੁਲ ਇੱਕ ਭੁੱਖ ਹੁੰਦੀ ਹੈ ਅਗਲਾ ਕਰਨ ਨੂੰ ਵੀ ਥੀਏਟਰਸ ਆਪਾਂ ਵੇਖੀਏ ਸਿਟੀਆਂ ਵੱਜਣਾਂ ਤਾੜੀਆਂ ਵੱਜਣ ਉਹ ਉਹ ਚੀਜ਼ ਤਾਂ ਹਮੇਸ਼ਾ ਯਾਦ ਰਹਿੰਦੀ ਨਾ ਵੀ ਉਹ ਜੇ ਉਹਦਾ ਹੁੰਦਾ ਬਿਲਕੁਲ ਜੀ ਮੈਂ ਤਾਂ ਬਹੁਤ ਵੱਡਾ ਸਿਨੇਮਾ ਲਵਰ ਆ ਮੈਂ ਆਪਣੇ ਸਾਰੀਆਂ ਫੇਵਰੇਟ ਫਿਲਮਾਂ ਜਿਹਦਾ ਮੈਨੂੰ ਟ੍ਰੇਲਰ ਵਧੀਆ ਲੱਗੇ ਆ ਮੇਰੇ ਪਸੰਦੀਦੇ ਦਾ ਕਲਾਕਾਰਾਂ ਸੀਗੇ ਵੀ ਲੋਕੀ ਹੱਡ ਜਾਣਗੇ ਸਿਨੇਮੇ ਵਿੱਚ ਜਾਣ ਤੋਂ ਫਿਰ ਸੀੜੀਆਂ ਆ ਗਈਆਂ ਹਨਾ ਸੋ ਤੋਂ ਪਾਇਰੇਸੀ ਤਾਂ ਕਾਫੀ ਦਿਨ ਤੋਂ ਚੱਲ ਰਹੀ ਹੈ ਪਰ ਜਿਹੜੇ ਬੰਦੇ ਨੂੰ ਉੱਥੇ ਜਾ ਕੇ ਫਿਲਮ ਦੇਖਣੀ ਵਧੀਆ ਲੱਗਦੀ ਹੈ ਮੈਨੂੰ ਲੱਗਦਾ ਹੈ ਕਿ ਉਹ ਕਨੈਕਸ਼ਨ ਨਹੀਂ ਕੋਈ ਤੋੜ ਸਕਦਾ ਸੋ ਸਾਰਾ ਕੁਝ ਜਦੋਂ ਨਾਰਮਲ ਹੋ ਜਾਊਗਾ ਤਾਂ ਹੁਣ ਅੱਗੇ ਫਿਲਮਾਂ ਵੀ ਤੁਹਾਨੂੰ ਪਤਾ ਹੈ ਪੋਸਤੀ ਤੇ ਮਾਂ ਜਿਵੇਂ ਆਉਣੀਆਂ ਹਨਾ ਤਾਂ ਉਹ ਬਿਲਕੁਲ ਬਕਾਇਦਾ ਹਰ ਇੱਕ ਆਰਟਿਸਟ ਨੂੰ ਹੁੰਦਾ ਕਿ ਯਾਰ ਅਸੀਂ ਇੰਨੀ ਮਿਹਨਤ ਕਰਕੇ ਵੱਡੇ ਪਰਦੇ ਤੇ ਆਪਣੇ ਆਪ ਨੂੰ ਦੇਖੇ ਲੋਕਾਂ ਦੇ ਰਿਐਕਸ਼ਨ ਮਿਲਦੇ ਆ ਲਾਈਵ ਤੁਹਾਨੂੰ ਹਨਾ ਜਦੋਂ ਤੁਸੀਂ ਨਾਲ ਬੈਠ ਕੇ ਫਿਲਮ ਦੇਖਦੇ ਹੋ ਸੋ ਸੋ ਕਲਗਰੀਨਾ ਕੀ ਬਾਹਰ ਨੇ ਸਟਰਗਲ ਬਹੁਤ ਰੀ ਵੀਰੇ ਥੋਡੀ ਹੈਨਾ ਪਰ ਤੁਹਾਡਾ ਹਰ ਇੱਕ ਚੀਜ਼ ਹਿੱਟ ਗਈ ਹੈ ਹੈਨਾ ਜਿੰਨੇ ਤੁਸੀਂ ਗੀਤ ਕੀਤੇ ਹੈ ਹਿੱਟ ਗਏ ਨੇ ਜਿੰਨੀਆਂ ਫਿਲਮਾਂ ਕੀਤੀਆਂ ਨੇ ਹਿੱਟ ਗਏ ਨੇ ਉਹ ਚੀਜ਼ ਨੂੰ ਕਿਵੇਂ ਵੇਖਦਾ ਵੇਖ ਸਕ ਤੋਡੀ ਜੇ ਪਾਉ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ ਤੁਹਾਡੀ ਸਟਰਗਲ ਤੁਸੀਂ ਬਹੁ ਕੀਤੀ ਹੈਗੀ ਹਾਂ ਹਾਂ ਜੀ ਨਹੀਂ ਦੇਖੋ ਸਟਰਗਲ ਦਾ ਹਰ ਕੰਮ ਦੇ ਵਿੱਚ ਚਾਹੇ ਸਾਡਾ ਫੀਲਡ ਹੋਵੇ ਜਾਂ ਕਿਸੇ ਵੀ ਕੰਮ ਦੇ ਵਿੱਚ ਕਰਨੀ ਹੀ ਪੈਂਦੀ ਆ ਤੇ ਮੈਂ ਨਹੀਂ ਇਹ ਮੰਨਦਾ ਹੈਗਾ ਕਿ ਮੇਰੀਆਂ ਸਾਰੀਆਂ ਚੀਜ਼ਾਂ ਹਿੱਟ ਗਈਆਂ ਕਿਉਂਕਿ ਇੱਕ ਕਲਾਕਾਰ ਹੈ ਨਾ ਉਹ ਹਮੇਸ਼ਾ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਆਪਣੇ ਵੱਲੋਂ ਬੈਸਟ ਸੋਚ ਕੇ ਚੀਜ਼ ਬਣਾਉਣਾ ਸੋ ਕਈ ਵਾਰੀ ਲੋਕਾਂ ਨੂੰ ਪਸੰਦ ਆਉਂਦੀ ਕਈ ਵਾਰੀ ਨਹੀਂ ਆਉਂਦੀ ਸੋ ਸਕਸੈਸ ਫੇਲਿਅਰ ਮੇਰੇ ਕੈਰੀਅਰ ਦੇ ਵਿੱਚ ਜਿਵੇਂ ਪੈਰਲਲ ਚੱਲਦੇ ਰਹੇ ਹੈ ਨਾ ਮਰੇ ਆ ਕਿ ਹੁਣ ਸਾਡੀ ਫੁੱਲ ਟਾਈਮ ਜੌਬ ਆ ਹਨਾ ਜਿਹੜੀ ਬਾਹਰ ਸਟਰਗਲ ਕੀਤੀ ਜਦੋਂ ਸਟੂਡੈਂਟ ਸੀਗੇ ਉਹ ਸਟਰਗਲ ਦੇ ਸਾਹਮਣੇ ਹਾਲਾਂਕਿ ਮੈਂਟਲੀ ਟੌਰਚਰ ਲੱਗਦਾ ਹੁੰਦਾ ਪਰ ਇਹ ਸਟਰਗਲ ਮੈਨੂੰ ਲੱਗਦਾ ਹੁੰਦਾ ਕਿ ਕੁਛ ਨਹੀਂ ਮੈਨੂੰ ਕਹੇ ਕਬੇ ਯਾਰ ਤੁਸੀਂ ਇੰਨਾ ਟਰੈਵਲ ਕਰਦੇ ਹੋ ਸੌਂਦੇ ਨਹੀਂਗੇ ਕਈ ਵਾਰੀ ਆਏ ਹੁੰਦਾ ਬੈਕ ਟੂ ਬੈਕ ਸ਼ੂਟ ਹੁੰਦਾ ਜਾਂ ਸ਼ੋਜ਼ ਹੁੰਦੇ ਆ ਕਿਵੇਂ ਮੈਨੇਜ ਕਰਦੇ ਹੋ ਮੈਂ ਖੈਰ ਸਵੇਰੇ 2:30 ਵਜੇ ਉੱਠ ਕੇ ਟੈਕਸੀ ਚਲਾਉਣ ਨਾਲੋਂ ਮੈਨੂੰ ਸਾਰਾ ਕੁਝ ਸੌਖਾ ਲੱਗਦਾ ਤੈਕਸੀ ਚਲਾਉਂਦੇ ਸੀ ਤਾਂ ਜ਼ਿਆਦਾਤਰ ਕਿੰਨ ਕਿੰਨ ਨੂੰ ਸੁਣਦੇ ਹੁੰਦੇ ਸੀ ਟੈਕਸੀ ਦੇ ਵਿੱਚ ਹਨ ਕਿਉਂਕਿ ਮੈਂ ਸਾਰੇ ਗਾਣੇ ਵੀਰੇ ਜਿਹੜੇ ਵੀ ਨਵੇਂ ਗਾਣੇ ਆਉਂਦੇ ਸੀ ਉਦੋਂ ਸੀਡੀਆਂ ਰਾਈਟ ਕਰਨ ਦਾ ਦਰਵਾਜ਼ਾ ਹੁੰਦਾ ਸੀਗਾ ਤਾਂ ਉਹੀ ਅਸੀਂ ਵੀ ਪਾਇਰੇਟਡ ਵੈਬਸਾਈਟ ਤੋਂ ਡਾਊਨਲੋਡ ਕਰ ਲੈਣੀ ਆ ਕਿਉਂਕਿ ਉਦੋਂ ਆਪ ਐਪ ਜਾਂ ਸਟ੍ਰੀਮਿੰਗ ਸਾਰਾ ਕੁਝ ਉਦੋਂ ਚੱਲਿਆ ਨਹੀਂ ਸੀਗਾ ਹਨ ਤੇ ਮਤਲਬ ਸਾਰੇ ਗਾਣੇ ਬਹੁਤ ਸੋਹਣੇ ਜੀ ਮੈਨੂੰ ਆਪਣਾ ਬਰਮੋਣਵਰਸ ਪਾਜੀ ਹੋਗੇ ਛੋਟੇ ਹੁੰਦੇ ਤੋਂ ਹਰਪ੍ਰ ਜਾਂ ਨਮਨ ਪਾਜੀ ਜੈਸਵੀ ਬਾਈ ਜੀ ਕਿਪੀ ਵੀਰਾ ਅਮਰਿੰਦਰ ਗਿੱਲ ਬਾਈ ਹਨਾ ਜਾਂ ਆਹੀ ਸਾਰੇ ਜਿਹੜੇ ਸਾਰਿਆਂ ਦੇ ਫੇਵਰੇਟ ਆ ਸਰਦੂਲ ਬਾਜੀ ਹੁਣੇ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਸੋਨਾ ਹੈ। ਅੱਛਾ ਵੀ ਕਿਤੇ ਇਦਾਂ ਹੋਇਆ ਹੈ ਹਨਾ ਵੀ ਤੁਸੀਂ ਟੈਕਸੀ ਚਲਾ ਰਹੇ ਹੋ ਤੁਹਾਡੇ ਗੀਤ ਚੱਲਦਾ ਹਨਾ ਪਿੱਛੇ ਬੈਠਾ ਬੰਦਾ ਤੁਹਾਡਾ ਗੀਤ ਨੂੰ ਇੰਜੋਏ ਵੀ ਕਰ ਰਿਹਾ ਬਟ ਉਹਨੂੰ ਪਤਾ ਨਹੀਂ ਵੀ ਇਹੀ ਸੰਗੀਤ ਨੇ ਗਾਇਆ। ਕਿਤੇ ਇਦਾਂ ਹੋਇਆਗਾ? ਨਹੀਂ ਨਹੀਂ ਜਦੋਂ ਮੈਂ ਗਾਉਣ ਲੱਗਾ ਤਾਂ ਫਿਰ ਟੈਕਸੀ ਚਲਾਉਣੀ ਛੱਡਤੀ ਸੀ ਵੀਰੇ। ਫਿਰ ਇੱਥੇ ਆ ਗਿਆ ਸੀਗਾ। ਪਰ ਇੱਕ ਤਾਂ ਹੁਣ ਪਿੱਛੇ ਜੇ ਮੈਂ ਆਸਟ੍ਰੇਲੀਆ ਗਿਆ ਸੀਗਾ ਤੇ ਸਾਨੂੰ ਕਿਸੇ ਕਾਰਨ ਇੱਕ ਕੈਬ ਕੀਤੀ ਜਿਵੇਂ ਹਨਾ ਤਾਂ ਉਹਦੇ ਵਿੱਚ ਜਿਹੜਾ ਬੰਦਾ ਸੀਗਾ ਉਹ ਸਾਊਥ ਇੰਡੀਅਨ ਸੀਗਾ ਜਿਵੇਂ ਹਨਾ ਹਾਈਦ ਤੇ ਮੈਂ ਤੇ ਮੇਰੇ ਕਜ਼ਨ ਸੀ ਕਿ ਉਹਨੇ ਪਹਿਲਾਂ ਸੀ ਸਾਡੇ ਕਜ਼ਨ ਨੂੰ ਡ੍ਰੌਪ ਕੀਤਾ ਬਾਅਦ ਚੋਂ ਮੇਰੇ ਨਾਲ ਗੱਲ ਕਰਨ ਲੱਗਾ ਕਹਿੰਦਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਕਿਹਾ ਯਾਰ ਵੀ ਇੱਥੇ ਕੀ ਕੰਮ ਕਰਦਾ ਮੈਂ ਕਿਹਾ ਯਾਰ ਬੇਸਿਕਲੀ ਮੈਂ ਹੁਣ ਇੱਥੇ ਕੋਈ ਕੰਮ ਨਹੀਂ ਕਰਦਾ ਕਿ ਮੈਂ 3-4 ਮਹੀਨੇ ਲਈ ਆਇਆ ਹੈ ਨਾ ਤੇ ਮੇਰਾ ਫੈਮਿਲੀ ਟਾਈਮ ਹੈ ਕਿ ਫਿਰ ਮੈਂ ਮੁੜ ਕੇ ਵਾਪਸ ਜਾ ਕੇ ਮੈਂ ਗਾਣੇ ਗਾਉਣਾ ਤੇ ਫਿਲਮਾਂ ਫਿਲਮਾਂ ਕਰਨਾ ਕਰਦਾ ਇੰਦਾ ਤੇ ਕਹਿੰਦਾ ਯਾਰ ਥੋੜੇ ਦਿਨ ਪਹਿਲਾਂ ਕਹਿੰਦਾ ਮੈਨੂੰ ਇੱਕ ਮਾਡਲ ਮਿਲੀ ਸੀ ਤੇ ਕਹਿੰਦਾ ਉਹ ਵੀ ਗਾਣੇ ਕਰਦੀ ਸੀ ਕਹਿੰਦਾ ਉਹਨੇ ਇੱਕ ਪੰਜਾਬੀ ਗਾਣਾ ਵੀ ਕੀਤਾ ਸੀ ਉਹਨੇ ਮੈਨੂੰ ਮੇਰਾ ਗਾਣਾ ਕੱਢ ਕੇ ਦਿਖਾਇਆ ਉਹ ਮੈਂ ਕਿਹਾ ਮੈਂ ਕਿਹਾ ਮੇਰਾ ਹੀ ਗਾਣਾ ਮਤਲਬ ਉਹ ਸਾਡੇ ਉਹ ਮੇਰਾ ਗਾਣਾ ਸੀਗਾ ਵਨ ਡਰੀਮ ਜਿਹਦਾ ਉਹ ਸੀਗਾ ਉਤੋਂ ਪਾਉਂਦੀ ਵਰਬਰੀ ਦੇ ਸ਼ੇਡ ਹਾਂ ਉਹਦੀ ਮਾਡਲ ਸੀਗੀ ਗੋਰੀ ਆ ਕੁੜੀ ਉਹ ਮਤਲਬ ਤਹਾਨ ਉਹਦਾ ਨਾਮ ਸੀ ਸੋ ਕੋਇਨਸੀਡੈਂਸ ਦੇਖੋਗੇ ਉਹ ਥੋੜੇ ਦਿਨ ਪਹਿਲਾਂ ਉਹਨੇ ਉਹਦੀ ਕੈਪਚ ਦੋ ਦਿਨ ਪਹਿਲਾਂ ਟਰੈਵਲ ਕੀਤਾ ਤੇ ਦੋ ਦਿਨ ਬਾਅਦ ਉਹੀ ਗਾਣੇ ਦਾ ਉਹ ਮੈਂ ਕਿਹਾ ਯਾਰ ਬਈ ਬੜਾ ਤੇਰੇ ਨਾਲ ਹੋਇਆ ਨਾ ਸਿਵੀਕ ਵੱਖਰੀ ਸਵਾਲਾ ਵੀਰੇ ਕਿਹਾ ਵੀ ਹਾਂ ਬਲੀਵ ਨਹੀਂ ਸੀ ਹੋ ਰਿਹਾ ਕਿ ਯਾਰ ਥੋੜੇ ਦਿਨ ਪਹਿਲਾਂ ਮੈਨੂੰ ਸੇਮ ਕੁੜੀ ਮਿਲੀ ਥੋੜੇ ਦਿਨ ਬਾਅਦ ਉਹ ਸਿੰਗਰ ਮਿਲ ਗਿਆ ਸੋ ਵੀ ਮੈਨੂੰ ਇੱਕ ਸਵਾਲ ਪੁੱਛਿਆ ਸੀਗਾ ਕਮੈਂਟਰ ਨੇ ਕਿ ਮੈਂ ਤੂੰ ਜੋ ਤੁਸੀਂ ਮੈਲੇ ਜਰੂਰ ਪੁੱਛੋ ਮੈਂ ਤੁਹਾਨੂੰ ਪੁੱਛਣ ਲੱਗਿਆ ਕਿ ਤੁਸੀਂ ਗੀਤ ਕਿਸੇ ਨੂੰ ਸੱਚ ਜਾਣੀ ਆ ਗਿਆ ਸਵਾਦ ਦਿੱਤੋ ਤੁਹਾਨੂੰ ਕੀ ਹੋਰ ਲੱਗਦੀ ਗੀਤ ਦੀ ਸੀ ਕਿ ਕੋਈ ਜਰਨੀ ਸੀਗੀ ਨਹੀਂ ਨਹੀਂ ਮੇਰਾ ਨਾ ਹੁੰਦਾ ਕਿ ਮੈਂ ਆਪਣੇ ਜਿਹੜਾ ਕੁਝ ਦੇਖਦਾ ਅਬਜ਼ਰਵ ਕਰਦਾ ਉਹਦੇ ਤੇ ਜਿਆਦਾ ਬੈਟਰ ਲਿਖ ਸਕਦਾ ਹਾਂ ਹੁਣ ਅੱਗੇ ਮੈਂ ਆਪਣੀ ਐਲਬਮ ਲਿਖ ਰਿਹਾ ਹਾਂ ਤੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਸਾਰੀਆਂ ਗੱਲਾਂ ਤੁਸੀਂ ਆਪਣੀ ਜ਼ਿੰਦਗੀ ਦੀਆਂ ਲਿਖਣੀਆਂ ਕੁਝ ਤੁਹਾਡੇ ਦੋਸਤਾਂ ਮਿੱਤਰਾਂ ਨਾਲ ਤੁਹਾਡੇ ਆਲੇ-ਦੁਆਲੇ ਕੁਝ ਨਾ ਕੁਝ ਘਟਦਾ ਰਹਿੰਦਾ ਤੁਸੀਂ ਸੁਣਦੇ ਰਹਿੰਦੇ ਹੋ ਨਾ ਤਾਂ ਉਹ ਉੱਥੋਂ ਕਿਸੇ ਦੋਸਤ ਤੋਂ ਇਨਸਪਾਇਰ ਹੋ ਕੇ ਜਿਵੇਂ ਲਿਖਿਆ ਸੀਗਾ ਤਾਂ ਮੈਂ ਮਤਲਬ ਮੇਰਾ ਪਹਿਲਾਂ ਤੋਂ ਮੰਨਣਾ ਇਹ ਰਿਹਾ ਕਿ ਉਹਨੂੰ ਜਦੋਂ ਜ਼ਿਆਦਾ ਜਿਵੇਂ ਯੰਗ ਸੀਗੇ ਤਾਂ ਥੋੜਾ ਜਿਹਾ ਚੱਲਦਾ ਰਹਿੰਦਾ ਸੀਗਾ ਇਸਕੋ ਮਜ਼ਾ ਦੀ ਵੀ ਹਨਾ ਸਿਸਟਮ ਤਾਂ ਉਹਦੋਂ ਆਈ ਹੁੰਦਾ ਸੀਗਾ ਕਿ ਯਾਰ ਠੀਕ ਹੈ ਵੀ ਇੰਨਾ ਬੜਾ ਸੀਰੀਅਸ ਆਉਂਡ ਦੀ ਲੋੜ ਨਹੀਂ ਕਿਸੇ ਪਿੱਛੇ ਜੇ ਕਿਸੇ ਨੇ ਤੁਹਾਡੇ ਪਿਆਰ ਦੀ ਗਦਰ ਨਹੀਂ ਕੀਤੀ ਤਾਂ ਫਿਰ ਉਹ ਜਿਵੇਂ ਹਨਾ ਕਿ ਰਦਰਦਨ ਕਿ ਤੁਸੀਂ ਕਿਸੇ ਡਾਰਕ ਸਾਈਡ ਨੂੰ ਜਾਵਾਂ ਤਾਂ ਵਧੀਆ ਹੱਸ ਕੇ ਡੇ ਕੇ ਐਂ ਕਹਿ ਦੋ ਵੀ ਠੀਕ ਆ ਯਾਰ ਜਾ ਮੈਂ ਹੋਰ ਲਵਲੀ ਨਹੀਂ ਦਿਲ ਟੁੱਟਿਆ ਨਹੀਂ ਦਿਲ ਤਾਂ ਸਾਰਾ ਟੁੱਟਦਾ ਰਦਰ ਚੀਜ਼ੀ ਟੁੱਟਣ ਵਾਲੀ ਲਾਤੀ ਰੋਬ ਸਹੀ ਸੋ ਬਈ ਜਿਆਦਾ ਟਾਈਮ ਨਹੀਂ ਸਮਾਨੀ ਟੁੱਟਾ ਲਮਾਂਗੀ ਕੋਈ ਤੁਹਾਡਾ ਫੇਵਰਿਟ Song ਜਿਹੜਾ ਸਾਨੂੰ ਸੁਣਾਓ ਤੁਸੀਂ ਅ ਹ 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 ਤਾਂ ਵੀ थैंक यू थैंक यू थैंक यू ਜਿੱਦਾਂ ਕੀ ਗੱਲ ਕਰੀ ਕਿ ਬਾਈ ਬੱਬਲੋਰਾ ਦੀ ਫਿਲਮ ਆ ਰਹੀ ਹੈ ਜੀ ਕੀ ਬਨੂ ਪੁਨੀਆ ਤਾਂ ਬਾਈ 12 ਮਰ ਸੌਰੀ ਜੀ ਉਹੀ ਗੱਲ ਹੈ ਕਿ ਥੋੜੇ ਦਿਨ ਪਹਿਲਾਂ ਮੈਨੂੰ ਬਾਈ ਨੇ ਆ ਕੇ ਕਿਹਾ ਸੀਗਾ ਕਹਿੰਦੇ ਕਿ ਕਹਿੰਦੇ ਰੈਕਟਰ ਫਿਲਮੀ ਡਾਇਰੈਕਟਰ ਫਿਲਮੀ ਤੇ ਕਹਿੰਦੇ ਤੁਸੀਂ ਫਿਲਮ ਕਿਉਂ ਨਹੀਂ ਬਣਾਈ ਤੁਹਾਡਾ ਪੋਸਟਰ ਟ੍ਰੇਲਰ ਸਾਰਾ ਕੁਝ ਤਾਂ ਫਿਲਮੀ ਇਹ ਤਾਂ ਪੱਲਾ ਸਾਰ ਉਹਨਾਂ ਨੂੰ ਕਹਿੰਦੇ ਕਹਿੰਦੇ ਬਣਾਈ ਐਸੀਂ ਫਿਲਮੀ ਇਹ ਥੋੜੀ ਜਿਹੀ ਲੰਬੀ ਬਣ ਗਈ ਹੁਣ ਤੁਹਾਨੂੰ ਕਿਸ਼ਤਾਂ ਦੇ ਵਿੱਚ ਦੇਖਣ ਨੂੰ ਮਿਲੂਗੀ YouTube ਤੇ ਤੇ ਉਹ ਵੀ ਮੁਫਤ ਸੋ ਵੰਦੀ ਗੱਲ ਹੈ ਕਿ ਆਪਾਂ 4-5 ਮਹੀਨੇ ਬਾਈ ਹਰ ਉਹਨੂੰ ਵੇਖਦੇ ਰਹਿਵਾਂਗੇ YouTube ਤੋਂ ਵੀ ਫਰੀ ਦੇ ਵਿੱਚ ਨਾ ਕਿਉਂਕਿ ਐਂਟਰਟੇਨਮੈਂਟ ਬਹੁਤ ਚੰਗੀ ਕਹਾਣੀਆਂ ਟ੍ਰੇਲਰ ਆਪਣੇ ਵੇਖ ਲਿਆ ਸੋ ਬਾਈ ਬਹੁਤ-ਬਹੁਤ ਮੁਬ